ਸਾਡੇ ਕੋਲ ਪੱਥਰ ਤੇ ਡੰਡੇ ਹਨ ਅਗਰ ਬੋਟ ਲੈਣ ਆਇਆ ਤਾਂ ਸਾਡੇ ਕੋਲ ਪੱਥਰ ਤੇ ਡੰਡੇ ਹਨ ਇਹ ਥੋੜੇ ਆਪੇ ਆਸ ਉਧਰ ਬੋਟ ਦਿਨਿਆ ਤੇ ਇੱਧਰ ਸਾਡੀ ਕੋਈ ਨਹੀਂ ਸੁਣਾਈ ਕਰ ਸਾਰੇ ਸੁਣਾਈ ਹੁੰਦੀ ਹੈ ਫੈਰੇ ਗੋਲਾ ਪਰੇਸ਼ਾਨੀ ਅਗਰ ਇਹ ਬਜ਼ਾਰਾ ਵਿੱਚ ਗਲੀਆਂ ਬਣੀ ਸਕਦੀਆਂ ਤਾਂ ਇੱਧਰ ਬਾਹਰ ਕੀ ਨਹੀਂ ਬੈਕ ਸਾਈਡ ਕੀ ਨਹੀਂ ਬਣੀ ਸਕਦੀ ਮੋਲਕ ਜ਼ਮੀਨਾਂ ਹੈ ਛੱਡ ਗਿਆ ਨੇ ਅਹੀਂ ਜ਼ਮੀਨੇ ਦਾ ਵੀ ਕਾਖਣੀ ਥੋਇਆ ਆਸਤ ਹੈ ਕੋਹਾ ਬੇਲਾ ਰੋਣੇ ਮੰਨ ਕਰਦਾ ਜੋ ਲਸਾੜੀਆਂ ਜ਼ਮੀਨਾਂ ਖੱਜਲੋ ਵਾਲੀਆਂ ਨੇ ਫੈਰੇ ਵਿੱਚ ਆ ਗਈਆਂ ਮੈਂਸੇਂ ਚਾਈ ਗਈਆਂ ਅਹੀਂ ਗਵਰਨਮੈਂਟ ਨਾ ਕਾਖਣੀ ਦਿੱਤਾ ਤਾਂ ਮੈਂ ਜ਼ਬਰਕਲਾ ਪਰਚਾ ਦੇਂਗੇ ਪੰਜਾਬ ਜ਼ਬਰਕਲਾ ਔਰ ਕੁਛ ਨਹੀਂ ਕਿਉਂਕਿ ਪੰਜਾਬ ਤੋਂ ਨਹੀਂ ਪੁੱਛੋ ਕਿ ਜੋਨੇ ਪਾਣੀ ਕੇ ਜਾਇ ਤੇ ਆਪ ਸਭ ਦੇਖ ਰਹੇ ਹੈ ਜਕੇ ਯੂਟੀ ਨਿਊਜ਼ ਇਸ ਸਮੇਂ ਹਮ ਸ਼ਮਸ਼ੇਰ ਕਲੋਨੀ ਵਾਰਡ ਨੰਬਰ 10 ਮਿਸ਼ਰੀ ਵਾਲਾ ਮੇ ਹੈ ਇਧਰ ਕੇ ਲੋਗੋ ਨੇ ਹਮੇ ਬੁਲਾਇਆ ਥਾ ਐਨਸੀ ਜਾਣਤੇ ਹੈ ਕਿ ਇਨਕੋ ਕਿਸ ਪਰੇਸ਼ਾਨੀ ਸੇ ਗੁਜ਼ਰਨਾ ਪੜ ਰਹਾ ਹੈ ਜਨਾਉ ਨੋ ਉਸਤੇ ਜਨਾਉ ਕੇ ਕੀ ਪਰੇਸ਼ਾਨੀ ਬਣੀ ਪਰੇਸ਼ਾਨੀ ਮੋਕੇ ਦਿਖਿ ਲੋ ਮਾਰੇ ਤੁਸ ਮੋਕੇ ਰਾਜ ਰੋ ਜੋ ਕਿਸ ਹੈ ਇਥੇ ਇਹ ਕਲੋਨੀ ਦੇ ਵਿੱਚ ਨਾ ਕੋਈ ਸਰਪੰਚਾ ਹੁੰਦਾ ਮੋਕੇ ਦਾ ਨਾ ਕੋਈ ਪੰਚ ਹੁੰਦਾ ਸਾਰਾ ਪਾਣੀ ਉਪਰੋਂ ਬੰਨੀਆ ਗੰਦਾ ਪਾਣੀ ਇੱਥੇ ਸੁੱਟਿਆ ਨਾਲੇ ਦਾ ਮੇਰੇ ਮਕਾਨ ਕੋਲ ਮਕਾਨ ਮੇਰਾ ਰੋੜਾ ਦਾ ਜ਼ਮੀਨ ਲੋਕਿੰਦੀ ਚਾਰ ਕਨਾਲੀ ਥਰੂੜੀ ਗਈ ਇੱਕ ਕਹਾ ਲਗਾਏ ਦਾ ਵਿੱਚ ਅਸ ਗਰੀਬ ਲੋਕ ਆਹੇ ਕੁਥੋਂ ਪੈਸੇ ਦੇਣੇ ਕੋ ਹੈਗੀ ਤੇ ਮਕਾਨ ਰੂੜੀ ਗਿਆ ਤੇ ਮੈਂ ਕੁਥੋਂ ਪੂਰਾ ਕਰਨਾ ਮੈਂ ਗਰੀਬ ਨਾ ਇੱਥੇ ਕੋਈ ਪੰਚ ਸੁਣਦਾ ਮੈਂ ਪਰਸੂ ਤੇ ਸਰਪੰਚ ਦਾ ਘਰ ਗਿਆ ਹਾਂ ਔਰ ਪਰਸੂ ਸਰਪੰਚ ਕੀ ਦਸਤੀ ਸੁਨਾਇਆ ਮੈਂ ਕਿ ਮੌਕੇ ਰਾਤ ਦੇਖੇ ਇੱਕ ਵਾਰੀ ਜੇ ਅਗਰੇ ਆਹੇ ਪਰਚਾ ਵੀ ਦੇਣਾ ਪਊ ਕੋਸਾ ਬਰਕਲਾਫ ਤੇ ਹੱਥ ਪਰਚਾ ਤਾਂ ਦੇ ਕੇ ਥਾਣਾ ਜੀਏ ਕਿ ਸਰਪੰਚਾ ਦੀ ਮੋਹਰ ਲੱਗੀ ਦੀ ਵਾ ਉਹਨਾਂ ਕਿਹਾ ਮੈਂ ਆਈ ਮੈਂ ਕਿਹਾ ਠੀਕ ਹੈ ਬੰਦਿਆ ਅੱਜ ਵੀ ਮੈਂ ਗਿਆ ਉਹਦੇ ਘਰ ਮਗਰ ਉਹ ਘਰ ਨਹੀਂ ਮਿਲਿਆ ਉਹ ਮੇਰੀ ਦਿੱਖੀ ਪਿੱਠ ਮੋੜੀ ਆ ਇਹਦਾ ਮੌਕੇ ਮੈਂ ਦੱਸਾਂ ਉਸੇ ਵੇ ਕਿੰਨਾਂ ਜਿਤਾਇਆ ਜਾਂ ਕਿੰਨਾਂ ਅਗਲੀ ਵਾਰੀ ਇਹ ਸਰਕਾਰ ਹੋਗ ਇਹ ਸਰਕਾਰ ਵੀ ਮੁਸ਼ਕਲ ਹੋਗ ਅਸੀਂ ਇਹਨੇ ਲੋਕਾਂ ਨੂੰ ਬੋਰਡ ਨਹੀਂ ਦੇਣੇ ਇਹਨੇ ਕਿ ਅਸੀਂ ਬੋਰਡ ਦੇ ਕੇ ਨੈਸ਼ਨਲ ਕੰਫਰੰਸ ਕੀ ਬੋਰਡ ਦੇ ਕੇ ਕਾਂਗਰਸ ਕੀ ਇਹਨੇ ਬੋਰਡ ਨਹੀਂ ਦੇਣੇ ਇਹਨੇ ਰਾਣਾ ਭਾਪੀ ਸਰਕਾਰ ਕੀ ਕਿਉਂਕਿ ਜਿਹੜੇ ਅਧਿਕਾਰੀਗਤਾ ਥੱਲੇ ਨੇ ਇਹ ਬਿਲਕੁਲ ਕੰਮ ਨਹੀਂ ਕਰਦੇ ਚੋਰ ਨਸਾਰੇ ਜਿੰਨਾ ਪੈਸਾ ਆਇਆ ਫੰਡ ਦਾ ਇਹਨੇ ਨਾਲ ਹੀ ਦੇਖੋ ਮੋਕੇ ਜਿਹੜੀ ਨਾਲੀ ਬਣਾਈ ਆ ਕੋਈ ਕੰਮ ਦੀ ਨਾਲੀ ਨਹੀਂ ਬਣਾਈ ਪੈਸਾ ਸਾੜਾ ਡੱਪ ਕਰੀਆ ਖਾਈ ਪੀ ਲਿਆ ਠੀਕ ਹੈ ਇਹ ਪਾਣੀ ਇੱਥੇ ਗਰੀਬੇ ਦੇ ਘਰ ਛੋੜ ਜੁੜਿਆ ਅਗਰ ਮੇਰਾ ਮਕਾਨ ਡਿੱਗੀ ਵਾ ਤਾਂ ਵੀ ਕੋਨੇ ਪੈਸੇ ਦੇਣੇ ਨਹੀਂ ਮੇਗੀ ਆਦੇ ਤੂੰ ਪਲਾਇਆਂ ਵਾਲਾ ਰਹੋਣੇ ਆਲਾ ਤੂੰ ਪਲਾਇਆਂ ਵਾਲਾ ਜਾ ਇਹਨੇ ਲੋਕਾਂ ਯਾਦੇ ਤੂੰ ਦੀ ਜ਼ਮੀਨ ਪਲਾਇਆਂ ਵਾਲਾ ਤੂੰ ਸੇ ਬੋਰਡ ਪਲਾਇਆਂ ਵਾਲਾ ਪਲਾਇਆਂ ਵਾਲਾ ਜੀ ਬੋਰਡ ਪਾਓ ਕਿਹਾ ਉਸੋ ਐਮਪੀ ਕੀ ਬੋਰ ਨਹੀਂ ਦਿੰਦੇ ਆ ਜਿਹੜਾ ਐਮਪੀ ਜੰਮੂ ਕਸ਼ਮੀਰ ਦਾ ਇੱਥੇ ਹੈ ਉਸੇ ਜਿਤਾਇਦਾ ਬੀਏਪੀ ਆਲੇਗੀ ਉਸੇ ਹਸ ਬੋਰਡ ਦਿੰ ਇਹ ਫੰਡ ਲੀਆ ਇਕੱਠਾ-ਖੱਟਾ ਕੋਦਾ 2-2 ਲੱਖ ਰੁਪਇਆ ਲਗਾਏ ਕਿ ਜਗ੍ਹਾ ਪਰ ਮੌਕਾ ਦੇਖੀਂ ਨਾ ਮੈਂ ਇਹ ਲੈ ਵੀ ਹਾਂਜੀ ਇੱਥੇ ਇੱਕ ਲੈਟਰਨ ਬਾਥਰੂਮ ਬਣਾਇਆ ਸਾਰਾ ਗਰੀਬਾਂ ਵਾਸਤੇ ਜਨਾਨੀਆਂ ਇਨੋਂ ਲਈ ਉਥਾ ਬੰਦਾ ਨਹੀਂ ਖੜੋਈ ਸਕਦਾ ਹੁਣ ਆਪ ਚਲੋਗੇ ਤਾਂ ਮੌਕੇ ਪਰ ਮੀਂਹ ਦਿਖੋਗੇ ਵੇ ਆ ਚੱਲਣ ਦਾ ਕਾਬਲ ਹੈ ਖੜੋਣੇ ਦਾ ਨਹੀਂ ਉਥੇ ਇੰਨਾ ਗੰਦ ਪਿਆਦਾ ਇਹਨੇ ਉਥੇ 2 ਲੱਖ ਰੁਪਇਆ ਲਾਇਆ ਬਰਬਾਦ ਕਰੂ ਰਿਆ 2 ਲੱਖ ਰੁਪਇਆ ਪਹਿਲਾ ਆਇਆ ਫੰਡ ਉਹ ਵੀ ਇਹਨੇ ਕੋਦਾ ਗੈਪ ਕਰੂ ਰਿਆ ਆਸੇ ਸੁਣਨਾ ਚਾਹੁੰਦੇ ਆ ਵੀ ਦੱਸਿਆ ਗਿਆ ਕਿ ਤਰਾ ਕਿਹੜਾ ਸਰਪੰਚ ਹੈ ਇਹ ਕਿਹੜਾ ਪੰਚ ਹੈ ਕਿਉਂ ਤੇ ਬਾਕੀ ਮੇਰੀ ਤਰਫੋਂ ਇਨੀ ਅਰਦਾਸ ਹੈ ਕਿ ਮੇਰੇ ਮਕਾਨ ਦੀ ਜਿਹੜੀ ਹੈ ਜੀ ਪੂਰੀ ਸੁਰੱਖਤ ਹੋਣੀ ਚਾਹੀਦੀ ਹੈ ਅਗਰ ਮੇਰਾ ਮਕਾਨ ਡਿੱਗ ਗਿਆ ਤਾਂ ਮੈਂ ਜ਼ਬਰਕਲਾ ਪਰਚਾ ਦੇਵਾਂਗਾ ਪੰਜਾਬ ਜ਼ਬਰਕਲਾ ਔਰ ਕੁਛ ਨਹੀਂ ਕਿਉਂਕਿ ਪੰਜਾਬ ਤੋਂ ਨਹੀਂ ਪੁੱਛੋ ਵੀ ਜੋਨੇ ਪਾਣੀ ਪੇਜਾਇਦਰ ਠੀਕ ਹੈ ਨਾ ਪੇਜਾਇਦਰ ਇਹਨਾਂ ਨੂੰ ਮੌਕੇ ਦੇ ਸੀਨੀਅਰ ਬੰਦੇ ਔਰ ਇੰਦੀ ਜਿੰਮੇਵਾਰੀ ਹੈ ਤੇ ਤੁੰਦਾ ਇਨਾ ਸ਼ੁਕਰੀਆ ਅਦਾ ਕਰਨਾ ਕਿ ਤੁਸੀਂ ਮੌਕੇ ਜਿਹੜੇ ਆਏ ਹੋ ਗਰੀਬ ਦੀ ਗੱਲ ਸੁਣੀ ਹੈ ਮੈਂ ਇਨਾਂ ਦਾ ਬੜਾ ਦਰਨੇਵਾਦ ਕਰਨਾ ਤੁੰਦਾ ਠੀਕ ਹੈ ਔਰ ਬਾਕੀ ਮੇਰੀ ਇਨੀ ਤਕਲੀਫ ਹੈ ਤਾਂ ਕੋਈ ਹੱਲ ਕੱਢੋ ਅਗਲੀ ਸੜਕ ਤੇ ਜਿਹੜੀ ਨਾਲੀ ਦਾ ਜੋ ਪ੍ਰੋ ਇਹ ਵੀ ਦੱਸ ਨਹੀਂ ਵੀ ਪਤਾ ਪਤਾ ਮੇਰੇ ਕੋਲ ਜਿਆਦਾ ਪਤਾ ਔਰ ਮੇਰਾ ਜਿੰਨਾ ਮੀ ਮੌਕੇ ਦਾ ਪਤਾ ਮੇਰਾ ਮਕਾਨ ਅੰਦਰੂਜੀ ਵੀ ਤੁਹਾਨੂੰ ਦੇਖਣਾ ਹੋਵੇ ਅੰਦਰ ਦੇਵਤੇ ਦੀ ਜਗ੍ਹਾ ਮੈਨੇ ਮਨਾ ਕੀਤਾ ਕਿ ਤੇ ਨਾਲੀ ਨਹੀਂ ਕੱਢਣੀ ਇਹਨੇ ਜ਼ਬਰਦਸਤੀ ਨਾਲੀ ਕੱਢੀ ਇਧਰੇ ਦਬਾਣਾ ਚਾਹੁੰਦੇ ਉਹਨੇ ਕੁੱਨੇ ਕੱਢੀ ਜਿਹੜਾ ਇਥੋਂ ਦਾ ਪੈਂਚ ਹੈ ਇਸ ਨੰਬਰ ਬਾੜ ਦਾ ਠੀਕ ਹੈ ਉਹਨੇ ਜ਼ਬਰਦਸਤੀ ਨਾਲੀ ਕੱਢੀ ਉਹਨੇ ਕਿ ਮੈਂ ਕੱਢੀ ਸਕਣਾਂ ਨਾਲੀ ਠੀਕ ਹੈ ਨਾਲੀ ਕੁਦੇ ਨਹੀਂ ਪਹਾਈ ਇੱਥੇ ਬੰਦ ਕਰੂੜੀ ਹੁਣ ਦੱਸੋਗੇ ਨਰਗੇ ਵਿੱਚ ਜਿਹੜੇ ਲੋਕ ਮੱਲੇ ਵਾਲੇ ਬੈਠੇ ਨੇ ਕੁਦਰ ਜਾਣਾ ਕੋਈ ਬੱਚਾ ਬਿਮਾਰ ਹੈ ਉਸ ਦੀ ਦਵਾਈ ਲਈ ਪੈਸੇ ਕੁੱਥੋਂ ਲੈਣੇ ਇਹ ਦਿਨ ਉਲਟੀ ਬਿਮਾਰੀ ਬੰਨੀ ਹੈ ਕੱਲ ਮੈਂ ਇਥੇ 2 ਘੰਟੇ ਲੱਗਾ ਰਿਆ ਫਿਰ ਮੈਂ ਤੂੰ ਨਹੀਂ ਤਕਲੀਫ ਕੀਤੀ ਕਿ ਤੂੰ ਦੇ ਕੇ ਮੈਂ ਅਰਜ਼ੀ ਕੀਤੀ ਕਿ ਮਾਰੇ ਮੇਰਾ ਕੋਈ ਮਸਲਾ ਹੱਲ ਕਰੋ ਤੇ ਚਲੋ ਤੂੰ ਸਾਇਓ ਨਾ ਤੂੰ ਦਾ ਦਰਨੇ ਬਾਦ ਹੁਣ ਮੇਰੇ ਭਰਾਏ ਦੀ ਕੋਈ ਗੱਲ ਸੁਣ ਲਾ ਹਿੰਦੀ ਕੋਈ ਮਲੇ ਜਿਹੜੀ ਪਰਮੈਚ ਕੋਈ ਵੀ ਹੈ ਛੁਡੀ ਤਕਲੀਫ ਤਕਲੀਫ ਇਹ ਮਾਰਾ ਰੋੜੇ ਦੇ ਨਾਲੀਆਂ ਦੀ ਪਾਣੀ ਦੀ ਤਕਲੀਫ ਹੈ ਇਹ ਪਾਣੀ ਦੀ ਬੜੀ ਪਰੇਸ਼ਾਨੀ ਹੈ ਜਿਹੜਾ ਇਹਦਾ ਫਸਲ ਬੋਲ ਲੱਗਦਾ ਸਾਡਾ ਪਾਣੀ ਰੋੜ ਜਾ ਅੰਦਰ ਜਾਣ ਦੇ ਜਿਵੇਂ ਉਹ ਬੋਲ ਸਾਡੀ ਜ਼ਮੀਨ ਖਰਾਬ ਹੋ ਜਾਈਏ ਕੁੱਤਾ ਜਾਈਏ ਫਿਰ ਆ ਪਾਣੀ ਕੁੱਤੇ ਛੱਡੀਏ ਅਹ ਨਾਲੀਆਂ ਇਹ ਰੋ ਦੌੜ ਕੱਢੀ ਕੋਈ ਸੁਣਦਾ ਨਹੀਂ ਸਾਡੀ ਆ ਗੀਏ ਤੁਸੀਂ ਵੀ ਕੁਸਾ ਗੁਲ ਗੇ ਨਹੀਂ ਜਨਾਬ ਸਾਡੀ ਸਮੱਸਿਆ ਕੇ ਨਾਲੀਆਂ ਔਰ ਰੋਡ ਬਣਨਾ ਚਾਹੀਦਾ ਇਹ ਪ੍ਰਾਪਰ ਮਿਸ਼ਰੇਲਾ ਸਾਰੇ ਲੋਕ ਬਾਹਰ ਦੇ ਬੈਠੇ ਕੋਈ ਇਥੋਂ ਦਾ ਨਹੀਂ ਪ੍ਰਾਪਰ ਹੈ ਉਥੇ ਹਰ ਕੋਨੇ ਜਾ ਹਰ ਗਲੀ ਜਾ ਪੱਕੀ ਸਭ ਕੁ ਬਣੇ ਨਾਲੀਆਂ ਨੁਲੀਆਂ ਰੋਡ ਬਣਨ ਲੱਗੇ ਇੱਥੇ ਕੁਛ ਨਹੀਂ ਸੁਣਦਾ ਕੋਈ ਨਹੀਂ ਸਾਡੀ ਫਰਿਆਦ ਕੋਈ ਇਆਂ ਤੁਸੀਂ ਰੋਣੇ ਵਾਲੇ ਗੁੱਦਰਦੇ ਹੋ ਹਮ ਪਲਾਨ ਦੇ ਦੀ ਜੀ ਇੱਥੇ ਇੱਥੇ ਕੀ ਪੁੱਛੇ ਇਛਾ ਸੀ ਜੇ ਫੇਰੇ ਬਜੇ ਰ ਕੰਗਲ ਦੀ ਲੜਾਈ ਜੇ ਫੇਰ ਸ਼ੁਰੂ ਹੋ ਜਾ ਉਸ ਵੇਲੇ ਕੋਨਾ ਪੰਜ ਮਰਲੇ ਲਈ ਕੋਨਾ ਚਾਰ ਮਰਲੇ ਆਪਣਾ ਟੈਂਪਟ ਬਣਦੇ ਹੂੰ ਕਾ ਅਸੀਂ ਲੋ ਆਹ ਦੇ ਇਸ ਤੋਂ ਰਮਦੀਨੀਆਂ ਵੀ ਬੂਰ ਦਿਓ ਅਸੀਂ ਕਿਹ ਪਾਸੇ ਬੂਰ ਦੇਣੀ ਨੇ ਜੀ ਮੀਟੀ ਸਾਡੀ ਉੱਥੇ ਤਾਂ ਅਸੀਂ 420 ਵਿੱਚ ਇੱਥੇ ਫਸ ਗਈ ਤੁਹਾਡਾ ਮਤਲਬ ਜਿਹੜਾ ਤੁਹਾਡਾ ਵੋਟ ਹੈ ਤੋ ਉਹਨੂੰ ਖੋੜ ਜਾਈ ਦੇਣਾ ਪਉਂਦਾ ਖੋਦ ਬਲਾਕ ਵਿੱਚ ਦੇਣਾ ਤੇ ਇੱਥੇ ਤਾਂ ਨਹੀਂ ਤੁਹਾਡਾ ਬੰਦਾ ਵੋਟ ਤੋਂ ਸੁੱਥੇ ਦਿੰਦੇ ਉੱਥੇ ਦਿੰਦੇ ਉਹ ਤਾਂ ਤੰਦੇ ਇੱਥੇ ਪੈਸੇ ਕਿ ਮਾਇਆ ਦੇ ਕਿ ਕੁੱਥਾ ਲਾਈਏ ਪੈਸੇ ਤਾਂ ਇਨੀ ਮਿਹਰਬਾਨੀ ਸੜਕ ਤਾਂ ਅਸੀਂ ਨਾਲ ਜਿੰਨੀ ਵੱਡੇ ਟੰਗਾਂ ਮੇਰੇ ਪਾਣੀ ਅਗਰ ਨਿਕਲਗੇ ਨਹੀਂ ਦਿੰਦੇ ਵੀ ਇਹ ਰਹਿ ਪੈ ਇਹ ਸੜਕੇ ਜਿਹਦੇ ਪੈਸੇ ਮੁੱਲੇ ਜਗਾ ਲੈਗਾ ਆਪਣੀ ਛੋੜੀ ਦੀ ਅੱਛਾ ਹਾਂ ਆ ਬੇਟਾ ਤੁਮ ਗੱਲ ਕਰੀਂ ਇੱਥੇ ਤੁਸੀਂ ਵੀ ਇੱਥੇ ਰਹੁੰਦੇ ਹੋ ਹਾਂ ਅਸੀਂ ਵੀ ਇੱਥੇ ਰਹਨੇ ਆ ਜਨਾਨੀਆਂ ਕੀ ਪਰੇਸ਼ਾਨੀਆਂ ਨੇ ਜਨਾਨੀਆਂ ਬੜੀ ਪਰੇਸ਼ਾਨੀਆਂ ਬੇਟਾ ਇਹ ਲੰਗਣ ਨਹੀਂ ਹੁੰਦਾ ਵੀ ਡਿੱਗੀ ਪਾਉਣੇ ਕਿ ਮੇਰੇ ਚਿੱਕੜ ਚੁਕੜ ਹੁੰਦਾ ਦੇਖੋ ਪਾਉਣੇ ਇੱਥੇ ਨਾਲੀਆਂ ਨਹੀਂ ਕੋਈ ਬਣਾਉਂਦਾ ਨਾ ਸਾੜੀਆਂ ਸੜਕਾਂ ਬਣਾਉਂਦਾ ਤਾਂ ਬੜੀ ਪਰੇਸ਼ਾਨੀਆਂ ਸਾਨੂੰ ਤਾਂ ਆਏ ਆਪਣੇ ਗੇ ਜ਼ਮੀਨਾਂ ਚਾਉਣਾ ਲਈ ਗਏ ਤਾਂ ਰਸਤੇ ਰਸਤੇ ਛੋੜੀ ਦੇ ਨੇ ਹੈ ਤਾਂ ਉੱਭੀ ਨਹੀਂ ਸਾੜੀ ਹੁਣ ਪਰ ਵਸੇ ਕਰਾ ਦੇ ਤਾਂ ਹੁਣ ਖਰਚਾ ਕਿ ਫੇਰਾ ਹੈ ਆਹੀਂ ਫੇਰ ਕੋਈ ਸਾੜਾ ਵੀ ਮਸਲਾ ਕਰੋ ਨਾਲੀਆਂ ਬਣਨੀ ਚਾਹੀਦੀਆਂ ਤੰਗ ਕਹਿੰਦਾ ਸੜਕਾਂ ਬਣਨੀ ਚਾਹੀਦੀਆਂ ਹੈ ਨਿੱਕੇ ਨਿੱਕੇ ਬੱਚੇ ਨੇ ਸਾੜੇ ਕੋਲ ਤਾਂ ਉੱਥੇ ਫੇਰੇ ਵਜੇਗਾ ਨਾ ਹਾਂ ਨਹੀਂ ਨਿਕੰਮ ਕਰਕੇ ਤਾਂ ਆਹ ਨਹੀਂ ਬਹੁਤ ਨਹੀਂ ਤਾਂ ਇਹ ਇੰਦੀ ਵੀ ਕੋਠੀ ਰੂੜਾ ਦੇ ਅੰਦਰ ਭਾਵੇਂ ਜਗ੍ਹਾ ਆ ਇੰਦੀ ਵੀ ਕੋਠੀ ਰੂੜਾ ਦੀ ਦੋ ਕੋਠੀਆਂ ਨਸਕਾਣ ਹੈ ਹੈ ਤਾਂ ਪਾਣੀ ਆ ਕਹ ਨਹੀਂ ਜਾਂਦੇ ਆਹੀਂ ਬੇਟਾ ਇਹ ਭਾਰੇ ਵਸਾਨੀਆਂ ਪਰ ਸਾੜਾ ਤੋਂ ਹੈ ਰੋਡ ਬਣਾਓ ਨਾਲੀਆਂ ਬਣਾਓ ਇਸ ਵਾਰੀ ਵੋਟ ਕੁਝ ਦਿੰਦੇ ਹੋ ਵੋਟ ਹੈ ਪਿੱਛੇ ਪਲਾਣੇ ਦਿੰਨੇ ਵੀਆਪੀ ਵੀਆਪੀ ਇਹ ਸਵਾਰੀਆਂ ਹੈ ਵੀਆਪੀ ਦਿੱਤੇ 2 ਸਾਲ ਜਦੋਂ ਆ ਮੋਦੀ ਬੈਠਾ ਹੈ ਵੀਆ ਸਾਲ ਵੀਆਪੀ ਉਹਦੇ ਪਹਿਲਾਂ ਹੈ ਕਾਂਗਰਸ ਦੀ ਬੋਰਡ ਦਿੰਦੇ ਰਿਆਂ ਆ ਦਾ ਸਾਰਾ ਕਿਸੇ ਨਹੀਂ ਬਣਿਆ ਹਾਂਜੀ ਅਗੂ ਵੀਆਪੀ ਬੋਰਡ ਨਹੀਂ ਦੇਣੇ ਜੇ ਕੰਮ ਨਹੀਂ ਕਰੋਗੀ ਜੇ ਕੰਮ ਕਰੋਗ ਜਾਂ ਥੱਲੇ ਸ਼ਰਾਤੀ ਬੰਦੇ ਰੱਖੋਗੇ ਜੇ ਅਸੀਂ ਬੋਰਡ ਨਹੀਂ ਦੇਣੇ ਵੀਆਪੀ ਕੀ ਮੋਦੀ ਦਾ ਨਾਮ ਹੈ ਜਿਹੜਾ ਬੋਰਡ ਹੋ ਕੋ ਮੋਦੀ ਕੀ ਦੇ ਕੇ ਉਹ ਜਿਹੜਾ ਪੁਰ ਕਰਾ ਦਾ ਕੰਮ ਠੀਕ ਕਰਾ ਦਾ ਸਾਡੇ ਲਈ ਉਹਦਾ ਉਸੇ ਬੋਰਡ ਦੇ ਕੇ ਜਿਹੜਾ ਇਹਦਾ ਐਮਐਲਏ ਦਾ ਬੋਰਡ ਹੋਗੇ ਇਹ ਨਹੀਂ ਦੇਣਾ ਸੀ ਮੋਦੀ ਨੂੰ ਨਹੀਂ ਦੇਣਾ ਇਹ ਇਹ ਜਿਹੜਾ ਬੋਰਡ ਇਸਾ ਕਰੀ ਨਹੀਂ ਦੇਣਾ ਕਿ ਇਹਦੇ ਕੋਲ ਕੋਈ ਹੋਰ ਪਾਰਟੀ ਦਿੱਤਾ ਕੋਈ ਮੁਕਾਬਲ ਪਰ ਗੱਲ ਕਰੋ ਜਿਨਾਂ ਤੋਂ ਸਾਰੀ ਤਕਲੀਫ ਸੁਣਨੇ ਆਇਓ ਕੋਈ ਵੀ ਸੁਣਨੇ ਵਾਸਤੇ ਆਓ ਇਹ ਸਾਰੀ ਹਰਤੇ ਤੁਹਾਡੇ ਕੇ ਤੇ ਬਾਕੀ ਠੀਕ ਹੈ ਹੋਰ ਕੋਈ ਹੈ ਪ੍ਰਭੂਲਾ ਸੁਣ ਲਓ ਗੱਲ ਬਾਤ ਤੁਹਾਨੂੰ ਕੀ ਪਰੇਸ਼ਾਨੀ ਹੈ ਆਹੇ ਪਰੇਸ਼ਾਨੀ ਕੱਲ ਮੇ ਪਾਣੀ ਕੱਢਿਆ ਉੱਥੇ ਸਾਰਾ ਪਾਣੀ ਮਾੜਿਆ ਫਿਰ ਪਿਆ ਚਾਰ ਪੰਜ ਪਾਰਟੀ ਵਿੱਚ ਕੱਢੀ ਚੁੱਕੇ ਫਿਰ ਜੇ ਲਾਸਟ ਪਾਰਟੀ ਚੁੱਕੀਏ ਤਾਂ ਮਾਰੇ ਰਿੰਦਗੀ ਕੰਮਾਂ ਵਾਲਾ ਤਾਂ ਟੁੱਟੀ ਮਿੰਡੀ ਕੇ ਪੇਤ ਨਾਲ ਆ ਇਹ ਗੱਲ ਹੈ ਤਾਂ ਹਾਂ ਅੱਜ ਕਰਾ ਲਾ ਤੇ ਕਰੋ ਵੀ ਇਸ ਪਰੇਸ਼ਾਨੀ ਬਾਰੋਂ ਪਰਚਨ ਲੋਕ ਗਾਲੀਆਂ ਦਿੰਦੇ ਨੇ ਖੇਤਰਿਆਂ ਵਾਲੇ ਪਾਣੀ ਸੁੱਟਣੇ ਨਹੀਂ ਦਿੰਦੇ ਕੋਣ 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 ਬੋਲਦਾ ਹੁਜਾ ਇਹ ਹਾਂ ਇਹ ਬੋਲਦੇ ਨੇ ਸਾਡੇ ਖੇਤਾਂ 'ਚ ਪਾਣੀ ਸੁੱਟਾ ਤੋਂ ਨਾ ਸੁੱਟਣ ਦਿੰਦੇ ਆ ਪਾਣੀ ਬਾਹਰ ਆਹੇ ਖੱਤਾ ਕੱਟੇ ਦਾ ਖੱਤਾ ਚਲਾ ਉਹ ਰੋਈ ਜਾ ਤਾਂ ਫਿਰ ਨਾ ਬਾਹਰ ਕ ਜਾਣਾ ਪਾਣੀ ਤੇ ਕੱਲ ਪਰਸੋ ਕੋਈ ਇਦਾਂ ਨੰਗਾ ਆਖੇ ਉਹਦੀ ਲੱਤ ਟੁੱਟੀ ਗਈ ਬਿਚਾਰੀ ਹੁਣ ਕੀ ਪਤਾ ਕੋ ਉਹਦੀ ਟੁੱਟੀ ਕੋਈ ਨਹੀਂ ਟੁੱਟੀ ਹੋਣੀ ਪਤਾ ਰਾਤੀ ਗਿਆ ਕੋਈ ਬਿਚਾਰਾ ਇਹ ਪਰੇਸ਼ਾਨੀ ਆਹੇ ਬੜੀ ਹਾਂ ਤੇ ਬਰਸਾਤ ਬਰਸਾਤੀ ਬਸੰਤੀ ਬੜੀ ਪਰੇਸ਼ਾਨੀ ਸਾਰੀ ਬਸੰਤੀ ਇੰਨਾ ਨਾ ਪਾਣੀ ਹੁੰਦਾ ਇਥੋਂ ਇੰਨਾ ਨਾ ਪਾਣੀ ਹੁੰਦਾ ਇਹ ਪਰੇਸ਼ਾਨੀ ਹੁੰਦੀ ਆਹੀਂ ਬੜੀ ਇਦਦਰ ਤਾਂ ਨਹੀਂ ਹੁੰਦਾ ਵੀ ਹਾਂ ਬੜੀ ਪਰੇਸ਼ਾਨੀ ਇੰਦੇ ਤੇ ਕਈ ਵਾਰੀ ਮਾਤਾ ਪਾਣੀ ਉਹ ਮੈਂ ਤਾਂ ਇੰਦੀ ਕੋਟੀਆਂ ਚ ਵੀ ਬੜੀ ਜਾਂਦਾ ਹਾਂ ਬੜੀ ਪਰੇਸ਼ਾਨੀ ਬੇਟਾ ਹਾਂ ਪਾਣੀਏ ਦੀ ਬੜੀ ਪਰੇ ਨਾਲੀਆਂ ਬਣਾ ਬੰਨ ਸਾਰੀਆਂ ਰੋਡ ਬਣਾ ਤੇ ਫੇਰ ਆਹੇ ਵੀ ਚਲੋ ਦੁਨੀਆਂ ਦੀ ਜੂਨੀ ਆਈ ਜਾਂਦੇ ਆ ਬੜੀਆਂ ਉਹਨਾਂ ਹੀ ਕੱਖ ਨਹੀਂ ਆਹੀ ਫੇਰੇ ਵਜਾ ਕਾ ਨਾ ਸਾਰੇ ਵੀ ਜਿਗਰੇ ਨੇ ਮੋਲਕ ਜ਼ਮੀਨਾਂ ਹੈ ਛੱਡ ਗਏ ਨੇ ਆਹੀ ਜ਼ਮੀਨਾਂ ਦਾ ਵੀ ਕੱਖ ਨਹੀਂ ਥੋਇਆ ਅਸਤ ਹੈ ਕਹਾ ਬੇਲਾ ਰੋਣੀ ਮਨ ਕਰਦਾ ਜੋ ਸਾਰੀਆਂ ਜ਼ਮੀਨਾਂ ਖੱਜਲੋ ਵੜੀਆਂ ਨੇ ਫੇਰੇ ਵਿੱਚ ਆਈਆਂ ਮੈਂਸੇਂ ਚ ਆਈਆਂ ਆਹੀ ਗਵਰਨਮੈਂਟ ਨੇ ਕੱਖ ਨਹੀਂ ਦਿੱਤਾ ਕੱਖ ਨਹੀਂ ਦਿੱਤਾ ਹੈ ਤਾਂ ਅੱਗੂ ਸਾਰੇ ਬੰਨ ਬੱਜੀਏ ਸਾਰੀਆਂ ਦਲਦਲਾਂ ਕੀ ਕਰ ਜੁੜੀਆਂ ਵਾਰੀਆਂ ਹੈ ਮੋਲਖ ਕਣ ਕਰਾਈ ਬੜਾ ਨਸਖਾ ਨੋਇਆ ਫੋਇ ਨਾ ਬਦਲਾ ਪਾਣੀ ਉਹ ਹੈ ਜੀ ਦਾ ਤਰਲਾ ਮਿੰਨ ਤ ਕੀਤਾ ਤਾਂ ਉਹ ਸੁਬਾਦਾਰ ਚੰਗਾ ਹੁਣ ਨਾ ਪਾਣੀ ਕੱਢਿਆ ਤਾਂ ਤਾਂ ਮੀ ਕਣ ਕੇ ਦਾ ਰੰਗ ਐ ਨੀ ਰਿਆ ਦਸਵਾਹ ਇੱਕੇ ਖਾਣਾ ਨਹੀਂ ਸਾਨੂੰ ਗਵਰਨਮੈਂਟ ਦੇ ਆਦੀ ਨਾ ਸਾਰੀਆਂ ਜ਼ਮੀਨਾਂ ਨਾ ਸਾੜੇ ਫੈਤ ਫੈਰੇ ਵਧਿਆ ਕਾ ਨਹੀਂ ਗੋਲੇ ਬੇੜਾ ਪਾਉਂਦੇ ਰਹੇ ਨਾ ਹਿੱਥਾਂ ਹੈ ਤਾਂ ਉਹ ਰਹੇ ਕੋਈ ਪਰੇਸ਼ਾਨੀ ਆਹੇ ਗੁਣੀ ਠਾ ਜੀ ਹੈ ਰੌਣਾ ਪੰਜ ਪੰਜ ਮਰਲੇ ਕੋ ਹਣਾ ਲਈ 10 ਮਰਲੇ ਲਈ ਦੀ ਕੋ ਹਣਾ ਇਥਾਂ ਹੈ ਰੌਣਾ ਦਾ ਨਾਲੀਆਂ ਤਾਂ ਸਾਰੀਆਂ ਸੜਕ ਬਣਨੀ ਚਾਹੀਦੀ ਹੈ ਪਰ ਪਾਣੀਆਂ ਹੀ ਬੜੀ ਪਰੇਸ਼ਾਨੀ ਆਈ। ਅੱਛਾ ਪਾਣੀਆਂ ਦੀ ਬੇਟਾ ਹੀ ਬੜੀ ਪਰੇਸ਼ਾਨੀ ਹੈ। ਇਹ ਸਾੜੇ ਓਣੇ ਚਾਹੀਦੇ ਕੰਮ। ਅ ਤੂੰ ਸਕੇ ਹੋ ਤੁਹਾਨੂੰ ਕੀ ਪਰੇਸ਼ਾਨੀ ਚ ਗੁਜ਼ਰਨਾ ਪਈ? ਪਰੇਸ਼ਾਨੀ ਇਹ ਜਿਹੜੇ ਦੱਸਾ ਦੇ ਨੇ ਉਹੋ ਪਰੇਸ਼ਾਨੀ ਆ। ਬਾਕੀ ਆਖ ਦੇਣ ਲੋਕ ਭਈ ਇਹ ਉਧਰ ਆਏ ਦੇ। ਇਹ ਪੂਰਾ ਮਿਸ਼ਰੀਆਲਾ ਉਧਰ ਆਏ ਦਾ। ਇੱਕ ਆਸ ਥੋੜੇ ਉਧਰ ਆਏ ਦੇ। ਬਾਰਡਰ ਪਰ ਉਠੀ ਅਗਰ ਆਸ ਆਏ ਦੇ ਤਾਂ ਸਾਰਾ ਮਿਸ਼ਰੀਆਲਾ ਆਏ ਦਾ। ਅਗਰ ਸਰਪੰਚੇ ਉਹ ਦੜਿਆਂ ਵਾਲੇ ਦੀ ਉਧਰਾਂ ਲਈ ਮਦਦ ਕਰਦਾ ਤਾਂ ਇਹ ਵੀ ਲੋਕ ਦੜੇ ਨੇ। ਹੱਸ ਵੀ ਕਿ ਉਧਰਾਂ ਦੀਆਂ ਪਾਡਰ ਦੇ। ਬਾਰਡਰ ਦੇ ਇਲਾਕੇ ਦੇ ਅਗਰ ਆਏ ਦਿਨ ਲੋਕ ਤਾਂ ਸਾਰੇ ਆਏ ਦਿਨ ਇਹ ਕਸ ਨਹੀਂ ਆਏ ਦੀ ਆਹੇ ਆਰਮੀ ਸਕੂਲ ਬੱਚੇ ਪਾਏ ਦੇ ਹੋਣੇ ਹੀ ਪੜਨਾ ਉਨੇ ਸਵੇਰਾ ਭੇਜਣਾ ਇਆਂ ਨਾਲੀਆਂ ਵਿੱਚ ਕੋਈ ਪਰੇਸ਼ਾਨੀ ਹੁੰਦੀ ਆਹੀਂ ਕੋਈ ਪਾਣੀ ਦੀ ਪਰੇਸ਼ਾਨੀ ਨਿਕਲਦਾਂ ਇਹ ਨਾਲਾ ਸਾੜਾ ਹੈ ਅਗਰ ਇਹ ਨਾਲੀਆਂ ਇਧਰ ਪ੍ਰਾਈ ਕਰਦੇ ਨਾਲੇ ਜੁੱਟਦੇ ਤਾਂ ਪੂਰੀ ਸਮਝੋ ਕੋਈ ਪਰੇਸ਼ਾਨੀ ਨਹੀਂ ਆਣੀ ਹੈ ਇਹਨੇ ਨਾਲੀਆਂ ਗੱਡੀਆਂ ਇਧਰ ਤੇ ਨਾਲੀਆਂ ਦੀ ਇਧਰ ਅੱਗਾ ਜ਼ਮੀਨ ਵਾਲੇ ਲੋਕ ਦਿੰਦੇ ਨਹੀਂ ਇਹ ਪਲਵਾਲ ਨੂੰ ਉਧਰੇ ਦੇ ਉਪਰ ਇਹ ਗਾ ਸਾੜਾ ਪਾਣੀ ਨਿਕਲ ਨਹੀਂ ਦਿੰਦੇ ਤੇ ਜਿਹੜਾ ਸਰਪੰਚ ਆਦਾ ਉਹ ਵੀ ਪਲਵਾਲਗਾ ਪੰਚ ਉਹਨਾਂ ਫਿਰ ਇੱਥੇ ਸੁੱਟੀ ਤੇ ਫਿਰ ਅੱਗੇ ਕੀ ਨਹੀਂ ਲੈਤੀ ਫਿਰ ਅੱਗੇ ਵੀ ਤੇ ਲੈਣੀ ਚਾਹੀਦੀ ਸੀ ਉਹਨਾਂ ਠੀਕ ਹੈ ਨਹੀਂ ਹਾਂ ਅਗਰ ਛੜਕਾਂ ਹੈ ਆਪਣੇ ਪੈਸੇ ਨਾ ਮੁੱਲੇ ਲੈਦੀਏ ਤਾਂ ਪਰ ਥੋੜੀ ਮਦਦ ਕਰ ਜਾਂਹੀਂ ਬਣਾਈ ਦੇਣ ਤਾਂ ਚਲੋ ਠੀਕ ਹੈ ਬਣੀ ਜਾ ਠੀਕ ਹੈ ਨਹੀਂ ਤਾਂ ਬਾਰਡਰ ਦੇ ਲੋਕਨ ਸਾਰੇ ਨੱਠੀ ਆਏ ਨੇ ਇੱਕ ਆਸ ਨਹੀਂ ਆਏ ਸਾਰੀ ਦੁਨੀਆ ਆਈ ਦੀ ਸਾਰਿਆਂ ਬੱਚੇ ਦੀ ਪਰੇਸ਼ਾਨੀ ਨਾ ਸਾਰੀ ਦੁਨੀਆ ਆਈ ਦੀ ਤੇ ਇਹ ਥੋੜੇ ਆਪੇ ਆਸ ਉਧਰ ਬੋਰਡ ਦਿਨੀਆਂ ਤੇ ਇੱਧਰ ਸਾਰੀ ਕੋਈ ਨਹੀਂ ਸੁਣਾਈ ਕਰ ਬਿਲਕੁਲ ਬਿਲਕੁਲ ਸਾਰੇ ਸੁਣਾਈ ਹੁੰਦੀ ਹੈ ਹਰ ਲੋਗ ਹਰ ਬੰਦਾ ਜਿਹੜਾ ਬਾਰਡਰ ਪਰ ਉੱਠ ਜਾਣੀ ਆਪਣੇ ਬੱਚੇ ਨੂੰ ਫੈਸਿਲਿਟੀ ਦੇ ਆਦਾ ਠਾਣੀ ਹੈ। ਬਿਲਕੁਲ। ਦੇ ਆ ਨਹੀਂ ਸਕੂਲੇ ਵਾਲੇ ਪਰੇਸ਼ਾਨੀ, ਫੈਰੇ ਗੋਲਾ ਪਰੇਸ਼ਾਨੀ। ਉਹ ਕਿਹੜੀ ਪਰੇਸ਼ਾਨੀ ਜਿਹੜੀ ਨਹੀਂ ਆ ਘੋਸੇ ਦੀ ਸਾਰੇ ਦੀ ਹੈ। ਅਗਰ ਇਹ ਬਾਜ਼ਾਰਾ ਵਿੱਚ ਗਲੀਆਂ ਬਣੀ ਸਕਦੀਆਂ ਤਾਂ ਇੱਧਰ ਬਾਹਰ ਕੀ ਨਹੀਂ ਬੈਕ ਸਾਈਡ ਕੀ ਨਹੀਂ ਬਣੀ ਸਕਦੀ। ਬਿਲਕੁਲ। ਉਹ ਉਹ ਥੋੜੇ ਉਹ ਵੀ ਤਾਂ ਦੜੇਗੇ ਜਾਂ ਦਿਨ ਪਾਣੇਗੀ। ਬਿਲਕੁਲ। ਸਾਰੇ ਜੰਦੇਨ ਪਾਣੀ। ਬੋਰਡ तो मैं बस यही कह रही हूँ कि यहाँ पर ऐसे मोदी जी कहते हैं कि स्वच्छ भारत बनाओ ये स्वच्छ भारत बना हुआ है और जा जितना भी गंद है सारा पूरे मोहल्ले का गंद यहाँ मेरे प्लाट के आगे मेरे मकान के आगे फेंक दिया उन्होंने और जो भी पूरी रात हम सो भी नहीं सकते जितनी लैट्रिन की स्मेल आती है सारी अंदर आती है मच्छर मक्खी अंदर है मेरा हैंडीक्रैप बच्चा है वो बीमार हो जाएगा तो उसको उसका जिम्मेवार कौन होगा ये हमें डॉक्टर के पास लेकर जाएंगे जब दिखाएंगे हमें जाके बच्चों को तो हम यही चाहते हैं कि हमारे यहाँ से ये नाली बन जाए और गंदगी हट जाए यहाँ से बस इससे ज़्यादा कुछ नहीं बाकी सभी ने बता दिया लैंग्वेज रोहित जी आप बताएं देखिए यहाँ पे थोड़े दिन पहले जब एक डेढ़ साल बाद की बात है यहाँ पे आके जो नाली है वो धोखे से बनाई हुई है ये नाली इसमें कोई वो नहीं है कि किसी ने हमें पहले उन्होंने बोला सरपंच ने आके कि आपकी नाली आगे बनेगी बहुत लोग आए डी जो अधिकारी वगैरह होते हैं सारे आए यहाँ पे लेकिन जो था कि यहाँ पे छोड़ गए ठीक है जब हमने कुछ बोला तो वो आगे से गालियाँ निकाल के चले गए जो लगे हुए थे यहाँ पे ठीक है काम करने लगे हुए थे जिनका जिनको ठेका वगैरह दिया था वो आके मेरे पापा को गालियाँ निकाल के चले गए कि तुम लोग कौन होते हो तुम लोग ये हो वो हो वो तो चलो दूर की बात रही हमारे साथ सबसे बड़ा धोखा यही हुआ जहाँ पे आके छोड़ दी हुई है कल को बोलते हैं करोना जहाँ पे जितना गंद फैला है यहाँ हम लोग मरेंगे ठीक है ना सीधे सीधे बीमारी लगेगी हम लोग हमारा जा हमारे जानलेवा ये हमारे लिए बहुत जानलेवा है ठीक है ना मेरा ब्रदर जो है हैंडी है मम्मा ने बताया आपको ठीक है हमारा घर साथ में है बिल्कुल इतनी बुरी हालत हो जाती है ना गर्मियों में लोग क्या करते हैं अब हमें नहीं पता कौन है कौन नहीं है ठीक है हम कहाँ जाते हैं किसी के घर पे चेक करने लोग क्या कहते हैं ओवरफ्लो फेंक देते हैं अपने सेफ्टी टैंक का यहाँ पर तो ਇਤਨੀ ਬਦਬੂ ਆਤੀ ਹੈ ਨਾ ਇਤਨੀ ਬਦਬੂ ਆਤੀ ਹੈ ਹੱਦ ਸੇ ਜ਼ਿਆਦਾ ਬਦਬੂ ਆਤੀ ਹੈ ਕੋਈ ਕੋਈ ਕਹਿਣੇ ਕੀ ਬਾਤ ਨਹੀਂ ਹੈ ਇਤਨਾ ਜੀਣਾ ਹਰਾਮ ਹੋ ਚੁਕਾ ਹੈ ਨਾ ہمارا ਮੈਂ ਤਾਂ ਪਹਿਲੇ ਬਾਾਰ ਰਹਤਾ ਥਾ अब जब से मैं घर पे आया हूँ मैं देख रहा हूँ हमारे मोहल्ले वाले इतने परेशान हैं ना तो यहाँ पे कोई डेवलपमेंट हुई है आसपास के कहीं भी मोहल्ले में चले जाओगे आप वहाँ पे पक्के सड़कें मिलेंगी ठीक है पक्की गलियाँ मिलेंगी और साथ में पक्की नालियाँ मिलेंगी बट यहाँ पे कुछ भी नहीं मिल रहा हम लोगों को हम लोग इतना दुखी आ चुके हैं ना अब हम कितने पहले कितने एम एल ए पास गए कौन सा एम एल ए यहाँ पर आके पहले तो जब इलेक्शन आते हैं बहुत सारे लोग आते हैं कि हम लोगों एक ये करेंगे वो करेंगे अभी तो कोई नहीं आया अभी अगर अगली बार कोई आएगा तो फिर हम पूछेंगे ना उससे कि तूने क्या किया है यहाँ पे आके ठीक है ना तो हम यही चाहते हैं कि हमारी नाली बने हम गंदगी से दूर रहें ठीक है ना ये सबका हक है ये ये जो पक्की नालियाँ ये सबका हक है ठीक है, है? गवर्नमेंट ने सबको हक़ दिया है कि ये पक्की नालियाँ पक्की सड़कें हैं कहाँ पर गवर्नर के आगे अरदास करते हैं गवर्नर के आगे हाथ जोड़ते हैं कि आके हमारी नालियाँ बना दें मैंने गवर्नर ग्रीवियंस में भी रिपोर्ट दी हुई है आके डीसी साहब के आगे ये रखें ताकि जो भी चाहे सरपंच है पंच है कोई नहीं आता हमारी गुजारिश सुनने यहाँ पर हम लोग इतने दुखी हो चुके हैं ना आप سمجھ نہیں سکتا ہماری تکلیف کوئی ہم ہی سمجھتے ہیں ہم ہی جب گرمی آتی ہے نا اتنے موٹے موٹے मच्छर और इतनी मोटी मोटी मक्खियां जो है घर पे बिन बिन आ रही होती हैं बाहर नहीं निकल सकते हैं दाऊद तुस कुसी गुजारिश करना चाहते हो इस मसले से असि ने पहले नंबर पे फरियाद करनी है कि जेड़े मौके दे ने अगर ये सुनदा अच्छी गल है जे तुस आ रहे हो आगे जेड़ा तुहिं की लगता है के बंदा कोई गल सुनने वाला साडी गरीबें दी अस्सी रिपोर्ट करना चाहते हैं के ओ साडी गल सुने निजाम वगैरह इथे नहीं आवे दोबारा दोबारा इथे बोर्ड बाड़ लाइन नहीं आवे अगर बोर्ड लान आया तो ਸਾਡੇ ਕੋਲ ਪੱਥਰ ਤੇ ਡੰਡੇ ਐਨ ਔਰ ਕੋਈ ਚੀ ਨਹੀਂ ਐ ਅਗਰ ਮੇਰਾ ਮਕਾਨ ਡਿੱਗੀ ਗਿਆ ਤੇ ਮੈਂ ਤਾਂ ਪਰਚਾ ਕਮਦਕਮ 20 ਬੰਦੇ ਤਰੀ ਬੰਦੇ ਉਪਰ ਪਰਚਾ ਦੇਂਗ ਜੀ ਕੰਨੇ ਚੱਕ ਜੀਏ ਇਹ ਬੰਦੇ ਸਾਰੇ ਮੇਰੇ ਕੰਨੇ ਚੱਲਣਗੇ ਇਹਨ ਮੇਰੇ ਕੰਨੇ ਮਕਾਨ ਦੀ ਜਿੱਦ ਤੇ ਨਹੀਂ ਐ ਮੇਰੇ ਕੰਨੇ ਉਹ ਦਸ਼ਮਣੀ ਇਹਦੇ ਕੰਨੇ ਜਿੱਦ ਤੇ ਨਹੀਂ ਐ ਨਾ ਇਹ ਦੇਖਣ ਗਰੀਬ ਤਾਂ ਮਕਾਨਾ ਕਰਿਆ ਤਾਂ ਡਿੱਗਾ ਦਾ ਕਿਉਂ ਡਿੱਗਾ ਠੀਕ ਹੈ ਜੀ ਇਹਦੇ ਵਾਸਤੇ ਮੇਰੀ ਜਿਹੜੀ ਫਰਿਆਦ ਹੈ ਜ਼ਰੂਰੀ ਕੁਤੇ ਤੇ ਕੁਤੇ ਤੁਸੀਂ ਵੀ ਪਝਾਨੀ ਚਾਹੀਦੀ ਹੈ ਤੇ ਮੈਂ ਵੀ ਚਾਹਨਾ ਕਿ ਡੀਸੀ ਅਗਰ ਮੌਕੇ ਦੇਣ ਉਹ ਵੀ ਦੇਖੀ ਸਕਦੇ ਨੇ ਅਗਰ ਨਹੀਂ ਕੋਈ ਕਰੋਗ ਤੇ ਫਿਰ ਉਹ ਪੁਰਾਣਾ ਨਾ ਛੋੜੋ ਨੀ ਉਹਨੇ ਕੀ ਇਹ ਮੈਂ ਤੁਹੇ ਸਨਾਈਪਣਾ ਆ ਪੁਰਾਣੀ ਛੋੜੋ ਔਰ ਅੰਦਰ ਦੇਵਤੇ ਦੀ ਜਗਾ ਹੈ ਬਾਵੇ ਸਰਕੁਲ ਦੀ ਤੂੰ ਉਸ ਮੌਕਾ ਦੇਖੀ ਸਕਦੇ ਹੋ ਜੀ ਇਹ ਅੰਦਰ ਉਹਦੀ ਕੰਦਾ ਇਆਂ ਫਟੀਆਂ ਮੌਕੇ ਦੀਆਂ ਤੇ ਦੁਆਰ ਅਗਰ ਸੜਕਾ ਜਿੱਗੀ ਉਹ ਚੀਜ਼ ਨੰਗੀ ਹੋਈ ਜੇ ਤੇ ਮੈਂ ਵੀ ਨੰਗਾ ਹੋਈ ਆ ਤੇ ਤਾਂ ਮਤਲਬ ਉਹਦੀ ਸ਼ਾਮ ਕੋਨੇ ਕਰਨੀ ਹੈ ਔਰ ਜੋਨੇ ਲੋਕੇ ਗੰਦ ਪਾਇਦਾ ਉਹਨੇ ਕੀ ਇਹ ਦੇਵਤਾ ਬਸ਼ਕਨ ਨਹੀਂ ਲਗਾ ਇਹ ਮੈਂ ਅੱਜ ਵੀ ਆਖਾਂ ਤੁਹਾਡੇ ਸਾਹਮਣੇ ਔਰ ਮੈਂ ਦਿਨੇ ਰਾਤ ਨੂੰ ਵੀ ਇਹ ਗੱਲ ਆਖਣਾ ਕਿ ਉਹਨੇ ਹੀ ਨਹੀਂ ਲਗਾ ਬਸ਼ਕਨ ਉਹਦੇ ਕੇ ਹਾਲਤਾਂ ਦੀ ਖਰਾਬ ਹੋ ਕੇ ਸ਼ੋਈ ਵੀ ਹੈ ਕੇ ਅੱਗੇ ਹੋਰ ਖਰਾਬ ਹੋ ਜੇ ਕੋਈ ਮੇਰਾ ਆਪਣਾ ਕੱਲੇ ਦਾ ਘਰ ਹੈ ਨਹੀਂ ਹੈ ਜਿਹੜੇ ਦੇਵੀ ਦੇਵਤੇ ਹੁੰਦੇ ਨੇ ਬਹੁਤ ਸ਼ਕਤੀਮਾਨ ਹੁੰਦੇ ਨੇ ਠੀਕ ਹੈ ਜੀ ਤੇ ਇਸ ਕਰੀਏ ਸਾਰਾ ਗੰਦ ਲੋਕਾਂ ਪਾਇਦਾ ਕਰਨੇ ਮਿਲੀ ਹੈ ਔਰ ਯਾਨੀ ਭੁਗਤਣਾ ਪੋਗ ਔਰ ਤੁਹਾਡੇ ਗੈ ਇਨੀ ਮਿਹਰਬਾਨੀ ਹੈ ਕਿ ਇਹਦਾ ਮਸਲਾ ਹੱਲ ਕਰੋ ਮੇਰਾ ਜਰੂਰੀ ਬਸ ਸ਼ੁਕਰੀਆ ਮੈਂ ਕਰਦਾ ਇੰਨਾ ਗਾ ਮਿਹਰਬਾਨੀ ਹੈ